ਕਿੰਦੀ ਡੈਥ ਹੋਈ ਜਿਹੜੀ ਅੱਜ ਕਿਸ ਤਰ੍ਹਾਂ ਹੋਈ ਡੈਥ ਸਲਾਹ ਦਿੱਤੀ ਉਹ ਬੰਦੇ ਜਿਹੜੇ ਨਸ਼ਾ ਵੇਚਦੇ ਤੁਸੀਂ ਕੀ ਕਹਿਣਾ ਸਰਕਾਰ ਤੋਂ ਕੀ ਕਹਿਣਾ ਚਾਹੁੰਦੇ ਕੀ ਮੰਗ ਕਰਦੇ ਇਸ ਬੰਦੇ ਨੂੰ ਛੁੱਟਣਾ ਨੀ ਚਾਹੀਦਾ ਜ਼ਿੰਦਗੀ ਭਰ ਦਾ ਜਾਂ ਇਹਨੂੰ ਗੋਲੀ ਦਾ ਆਰਡਰ ਕਰਕੇ ਬਸ ਆਹ ਚੀਜ਼ ਮੈਂ ਚਾਹੁੰਦਾ ਇਹਨੂੰ ਗੋਲੀ ਦਾ ਆਰਡਰ ਹੀ ਹੋ ਜਾਵੇ ਜਿਹੜੇ ਤੇ ਦੂਜੇ ਤੇ ਪਰਚਾ ਸਾਡੀ ਇਹੀ ਮੰਗ ਆ ਜਲਦੀ ਤੋਂ ਜਲਦੀ ਇਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਇੱਕ ਬੰਦਾ ਤਾਂ ਜੇਲ੍ਹ ਚ ਤੇ ਦੂਜਾ ਬਾਹਰ ਆ ਜੀ ਤੇ ਕੌਣ ਵੇਚਦਾ ਕੌਣ ਸੀ ਕਿਸ ਤਰ੍ਹਾਂ ਕਿੱਥੋਂ ਨਸ਼ਾ ਲਿਆਉਂਦੇ ਸੀ ਇਹਦੇ ਬਾਰੇ ਨਹੀਂ ਸਾਨੂੰ ਪਤਾ ਕਿੱਥੋਂ ਲਿਆਉਂਦੇ ਕਿੱਥੋਂ ਨਹੀਂ ਲਿਆਉਂਦੇ ਇਹ ਤਾਂ ਉਹ ਦੱਸਣਗੇ ਕੀ ਨਾਮ ਉਹਦਾ ਸਰਕਾਰ ਨੂੰ ਪਤਾ ਸੀਮਾ ਕਿਹੜੇ ਬੰਦੇ ਫੜੀਚੇ ਨੇ ਜਿਹੜੇ ਹੁਣ ਫੜੇ ਨੇ ਕੌਣ ਸੇਵ ਸਿੰਘ ਹਰੀ ਸਿੰਘ ਅੱਛਾ ਹੋਰ ਵੀ ਕੋਈ ਉਹਦੇ ਨਾਲ ਬੰਦੇ ਉਹਦੇ ਨਾਲ ਹੋਰ ਕੋਈ ਨਹੀਂਗਾ ਅੱਛਾ ਕਿੱਥੇ ਵੇਚਦੇ ਕਿੱਥੇ ਨਸ਼ਾ ਕੋਈ ਹੈ ਨਸ਼ਾ ਵੇਚਦੇ ਨੇ ਇੱਥੇ ਨੇੜੇ ਤੇਰੇ ਵੇਚਦੇ ਪਿੰਡਾਂ ਦੇ ਵਿੱਚ ਵਿਕੀ ਜਾਂਦਾ ਵਾਧੂ ਜੀ ਪੁਲਿਸ ਕੋਈ ਰੋਕਥਾਮ ਨਹੀਂ ਪੁਲਿਸ ਨਾ ਕੋਈ ਰੋਕਥਾਮ ਨਹੀਂ ਵੀ ਤੁਸੀਂ ਹੁਣ ਪੁਲ ਪ੍ਰਸ਼ਾਸਨ ਤੋਂ ਕੀ ਉਮੀਦ ਕਰਦੇ ਹੋ ਅਸੀਂ ਤਾਂ ਇਹ ਉਮੀਦ ਕਰਦੇ ਵੀ ਸਜ਼ਾ ਮਿਲਣੀ ਚਾਹੀਦੀ ਆ ਸਖਤ ਤੋਂ ਸਖਤ ਇਹਨਾਂ ਨੂੰ ਸਾਡੀ ਇਹੀ ਮੰਗ ਆ ਵਾ ਕੀ ਨਾਮ ਸੀ ਮੁੰਡੇ ਦਾ ਕਿਹੜਾ ਡੈਥ ਹੋਈ ਜਾਂਦੀ ਇਹਦਾ ਨਾਮ ਬੂਟਾ ਸਿੰਘ ਜੀ ਕਦੋਂ ਵਿਆਹ ਹੋਇਆ ਸੀ ਇਹਦਾ 19 ਤਰੀਕ ਨੂੰ ਜੀ ਗੁਰਪ੍ਰੀਤ ਸਿੰਘ ਆਈ ਖੁੱਲਗੜੀ ਤੋਂ ਹਾਂਜੀ ਤੇ ਲੜਕੀ ਦੇ ਚਾਚਾ ਹਾਂ ਲੜਕੀ ਦੇ ਚਾਚਾ ਲੱਗਦਾ ਮੈਂ ਜੀ ਹਾਂਜੀ ਇਹਦੇ ਵਿੱਚ ਦੱਸੋ ਵੀ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ 4 ਹਫ਼ਤਿਆਂ ਦੇ ਵਿੱਚ ਨਸ਼ਾ ਬੰਦ ਕਰਵਾਉਣ ਦਾ ਸਾਡੀ ਲੜਕੀ 19 ਤਰੀਕ ਦਿਨ ਬੁੱਧਵਾਰ ਨੂੰ ਬੂਟਾ ਸਿੰਘ ਨਾਲ ਕੋਟ ਵਾਲੇ ਦਿਨ ਵਿਆਹੀ ਗਈ ਦੱਸੋ ਇਹ ਸਾਡਾ ਕੀ ਕਸੂਰ ਇਸ ਘਰ ਇਹ ਬਰਬਾਦੀ ਜਿਹੜੀ ਸਾਡੇ ਘਰ ਦੀ ਹੋਈ ਆ ਸਾਡਾ ਕੀ ਕਸੂਰ ਆ ਕੈਪਟਨ ਸਾਹਿਬ ਜ਼ਿੰਮੇਵਾਰ ਆ ਇਸ ਗੱਲ ਦੇ ਸਾਨੂੰ ਦੱਸਣ ਪੁਲਿਸ ਸਾਹਿਬ ਨਾਲ ਰਲੀ ਹੋਈ ਆ ਸਭ ਕੁਛ ਇਹਨਾਂ ਨੂੰ ਪਤਾ ਕਿੱਥੋਂ ਨਸ਼ਾ ਆਉਂਦਾ ਜੀ ਕਿੱਥੇ ਜਾਂਦਾ ਕਿੱਥੇ ਵੇਖ ਰਿਹਾ ਇਸ ਗੱਲ ਦੀ ਜ਼ਿੰਮੇਵਾਰ ਖੁਦ ਮੁੱਖ ਮੰਤਰੀ ਸਾਹਿਬ ਆਪ ਆ ਉਹਨਾਂ ਨੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਖਾ ਕੇ 4 ਹਫ਼ਤਿਆਂ ਦੇ ਵਿੱਚ ਨਸ਼ਾ ਬੰਦ ਕਰਨ ਦੀ ਅਪੀਲ ਕੀਤੀ ਸੀ ਵੀ ਅੱਜ ਤੁਹਾਡੇ ਲੜਕੀ ਦੀ ਜਿਹੜੀ ਜ਼ਿੰਦਗੀ ਬਰਬਾਦ ਕੀਤੀ ਨਸ਼ੇ ਨੇ ਕੀਤੀ ਜ਼ਿੰਦਗੀ ਬਰਬਾਦ ਕਰ ਦਿੱਤੀ ਗਈ ਇਹਨਾਂ ਇਸ ਗੱਲ ਦੇ ਦੋ ਘਰ ਬਰਬਾਦ ਹੋਏ ਇਸ ਗੱਲ ਦੀ ਜ਼ਿੰਮੇਵਾਰ ਸਰਕਾਰ ਹੀ ਹੈ ਜੀ ਵੱਡੇ ਵੱਡੇ ਵਾਅਦੇ ਕਰਦੇ ਸੀ ਅੱਜ ਵਾਅਦੇ ਕਿੱਥੇ ਗਏ ਇਹਨਾਂ ਦੇ ਜਬਰਦਸਤੀ ਚੜ ਗਿਆ ਉੱਤੇ ਜਬਰਦਸਤੀ ਜਦੋਂ ਚੜ ਗਿਆ ਮੁੜ ਕੇ ਪਹਿਲਾਂ ਤਾਂ ਛਾਪਾ ਲਾ ਲਈਆਂ ਦੀਆਂ ਮੁੜ ਕੇ 5,000 ਰੁਪਇਆ ਚੋਰੀ ਕਰ ਲਿਆ ਮੁੜ ਕੇ ਉੱਥੋਂ ਲਿਆ ਕੇ ਕਹਿੰਦਾ ਮੁੰਡਾ ਮੇਰਾ ਕਹਿੰਦਾ ਛਾਪ ਦੇ ਦੇ ਮੇਰੇ ਸਹੁਰਿਆਂ ਦੀ ਛਾਪ ਮੈਨੂੰ ਲੜਨੇ ਗੁੱਸੇ ਹੋਣ ਗਏ ਮੁੜ ਕੇ ਕਹਿੰਦਾ ਆ ਜਾ ਤੈਨੂੰ ਘਰੇ ਲੈ ਕੇ ਚਲਾ ਉੱਥੇ ਛਾਪ ਦੇਊਂਗਾ ਉੱਥੇ ਜਾ ਕੇ ਪਤਾ ਨਹੀਂ ਕੀ ਨਸ਼ਾ ਨੂੰ ਪਵਾਇਆ ਕੀ ਰਹੀ ਬੇਹੋਸ਼ੀ ਦੇ ਵਿੱਚ ਅਸੀਂ ਤਾਂ ਉੱਥੋਂ ਚੱਕ ਲਿਆ ਫਿਰ ਅਸੀਂ ਜੀ ਗਏ ਜੇ ਹਸਪਤਾਲ ਅਤੇ ਉਹਨਾਂ ਨੂੰ ਕਰੀ ਖਤਮ ਕਿਸ ਤਰ੍ਹਾਂ ਦੇ ਨਸ਼ੇ ਕਰਦਾ ਹੈ ਮਤਲਬ ਕਿਸ ਤਰ੍ਹਾਂ ਚਿੱਟਾ ਹੈ ਕੀ ਖਾਂਦੇ ਹੁੰਦੇ ਸੀ ਮਤਲਬ ਟੀਕੇ ਟੂਕੇ ਲਾਉਂਦੇ ਕਿਸ ਤਰ੍ਹਾਂ ਪੀਤਾ ਸੀ ਤਾਂ ਕੀ ਕੀਤਾ ਸੀ ਕੀ ਨਹੀਂ ਕੀ ਪਿਆਇਆ ਉਹਨਾਂ ਨੇ ਕੀ ਨਹੀਂ ਪਿਆ ਪਹਿਲਾਂ ਤਾਂ ਚਿੱਟਾ ਚੁੱਟਾ ਕੁਛ ਨਹੀਂ ਸੀ ਪੀਂਦਾ ਕੋਈ ਵੀ ਚੀਜ਼ ਨਹੀਂ ਸੀ ਖਾਂਦਾ ਹੁੰਦਾ ਅਤੇ ਉਹਨੇ ਪਤਾ ਨਹੀਂ ਕੀ ਉਹਨੂੰ ਪਿਆਇਆ ਕੀ ਖਵਾਇਆ ਕੀ ਨਹੀਂ ਸਾਨੂੰ ਤਾਂ ਪਤਾ ਨਹੀਂ ਅਸੀਂ ਤਾਂ ਜਾ ਕੇ ਉੱਥੇ ਬੇਹੋਸ਼ੀ 'ਚ ਜਾ ਕੇ ਚੱਕ ਲਿਆ ਕਿੰਨੇ ਜਣੇ ਲੈ ਕੇ ਗਏ ਘਰੋਂ ਹਾਂਜੀ ਘਰੋਂ ਅਸੀਂ ਸੀਗਾ 4 ਜਣੇ ਨਹੀਂ ਤੁਹਾਡੇ ਮੁੰਡੇ ਨੂੰ ਕਿੰਨੇ ਜਣੇ ਲੈ ਕੇ ਇੱਕ ਜਣਾ ਸੀ ਕੀ ਨਾਮ ਉਹ ਤਾਂ ਨਾ ਸੇਮ ਆ ਸੀ ਤੇ ਨਸ਼ਾ ਇੱਥੇ ਕਿੰਨਾ ਕੁ ਵਿਖ ਰਿਹਾ ਨਸ਼ਾ ਬਹੁਤ ਵਿਖਦਾ ਜੀ ਨਸ਼ੇ ਨੇ ਤਾਂ ਬਰਬਾਦੀ ਕਰ ਪੁਲਿਸ ਪ੍ਰਸ਼ਾਸਨ ਕੋਈ ਰੋਕਦੇ ਬਹੁਤ ਨਸ਼ਾ ਵਿਖਦਾ 4 ਮੁੰਡੇ ਨਸ਼ੇ ਨੇ ਮਾਰ ਦਿੱਤੇ 4 ਮੁੰਡੇ ਮਾਰ ਕੇ ਨਸ਼ੇ ਦੇ ਤੁਹਾਡੇ ਮੁੰਡੇ ਦਾ ਕਦੋਂ ਵਿਆਹ ਸੀਗਾ ਹਜੇ ਤਾਂ ਜੀ 4 ਦਿਨ ਤੁਸੀਂ ਹੁਣ ਸਰਕਾਰ ਤੋਂ ਕੀ ਮੰਗ ਕਰਦੇ ਹਾਂਜੀ ਕੀ ਮੰਗ ਕਰਦੇ ਸਰਕਾਰ ਤੋਂ ਵੀ ਨਸ਼ੇ ਅਸੀਂ ਤਾਂ ਕਹਿੰਦੇ ਨਸ਼ੇ ਬੰਦ ਹੋਣੇ ਚਾਹੀਦੇ ਬਰਬਾਦ ਕਰ ਘਰਾਂ ਨਾ ਹੋਣਾ ਚਾਹੀਦਾ ਮਾਵਾਂ ਤੇ ਪੁੱਤ ਮੁੱਕੀ ਜਾਂਦੇ ਨਸ਼ਾਂ ਦੇ ਵਿੱਚ ਇਹਨਾਂ ਨੇ ਮਸ਼ਾ ਮੁਰ ਕੀਤੇ ਨਸ਼ੇ ਹੋਰ ਮਾ ਕੋਈ ਘਰ ਬਰਬਾਦ ਹੋ ਜਾਵੇ ਨਸ਼ੇ ਦੇ ਓਵਰਡੋਸ ਕਰਕੇ ਡੈਥ ਹੋਈ ਕੌਣ ਸੀ ਕਿਸ ਤਰ੍ਹਾਂ ਹੋਈ ਹੈ ਅੱਜ ਮਿਤੀ 25/9/2018 ਨੂੰ ਥਾਣੇ ਹਾਜ਼ਰ ਆ ਕੇ ਬਿੰਦਰ ਸਿੰਘ ਸਾਨੋ ਮਿੱਟੂ ਸਿੰਘ ਨੇ ਬਿਆਨ ਲਿਖਾਇਆ ਕਿ ਉਸਦਾ ਲੜਕਾ ਬੂਟਾ ਸਿੰਘ ਨਸ਼ਾ ਕਰਨ ਦਾ ਆਦੀ ਹੈ ਅਤੇ ਕੱਲ੍ਹ ਰਾਤ ਉਸਨੇ ਪਿੰਡ ਦੀ ਤਰਸੇਮ ਸੀਮਾ ਅਤੇ ਇੱਕ ਵਿਅਕਤੀ ਹੋਰ ਜਿਹਦੇ ਨਾਲ ਨਸ਼ਾ ਕਰ ਰਿਹਾ ਸੀ ਅਤੇ ਜ਼ਿਆਦਾ ਨਸ਼ਾ ਲੈਣ ਕਰਕੇ ਬੂਟਾ ਸਿੰਘ ਦੀ ਮੌਤ ਹੋ ਗਈ ਅਤੇ ਜਿਸ ਦੇ ਸੰਬੰਧ ਵਿੱਚ ਉਸਦੇ ਬਿਆਨ 'ਤੇ ਦੋਸ਼ੀਆਂ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ
ਬੂਟਾ ਸਿੰਘ ਦੀ ਕੋਈ 19 ਤਰੀਕ ਸ਼ਾਦੀ ਹੋਈ ਸੀ ਤੇ ਉਸ ਬਾਅਦ ਕਾਰਵਾਈ ਕਰਤੀ ਸਰ ਮੁਕਦਮਾ ਦਰਜ ਕਰਤਾ ਦੋਸ਼ੀਆਂ ਦੇ ਖਿਲਾਫ਼ ਦੋਸ਼ੀ ਜਲਦੀ ਗ੍ਰਿਫ਼ਤਾਰ ਕੀਤੇ ਜਾਣ ਠੀਕ